ਮਸਲਾ ਜੀ ਮੇਰੇ ਘਰ ਦੇ ਵਿੱਚ ਧੱਕੇ ਨਾਲ ਪਾਣੀ ਦਾ ਨਾਲਾ ਕੱਢਿਆ ਜਾ ਰਿਹਾ। ਇਹ ਲਾਲ ਲਕੀਰ ਦੇ ਅੰਦਰ ਮੀਟਰ, ਇਹ ਕਿਸੇ ਮਾਦਰ ਕਾਰਡ 'ਚ ਨਹੀਂ ਹੈਗਾ। ਮੈਂ ਮਕਾਨ ਬਣਾਉਣਾ, ਮਕਾਨ ਢਹਿ ਗਿਆ, ਉਹਦੇ ਥੱਲੇ ਨਾਲ ਦੱਬ ਗਿਆ, ਜੋ ਵੀ ਸਮਥਿੰਗ ਸੀ। ਹੁਣ ਅਸੀਂ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਹਾਂ ਵੀ ਇਹਦਾ ਸਾਈਡ ਬਦਲ ਹੈਗਾ, ਚਾਹੇ ਦਰਵਾਜ਼ੇ ਵਿੱਚ ਦੀ ਕੱਢਣ, ਚਾਹੇ ਪੰਚਾਇਤ ਘਰ ਦਾ ਬੈਕ ਸਾਈਡ, ਅੱਗੇ ਮੇਰਾ ਹੀ ਘਰ ਹੈ। ਕਿੰਨੇ ਕੁ ਸਮੇਂ ਤੋਂ ਇਹ ਜਿਹੜਾ ਚੱਲ ਰਿਹਾ ਸੀ? ਸਾਨੂੰ ਕੋਈ ਪਤਾ ਨਹੀਂ ਕੀ। ਤੁਸੀਂ ਕਿੰਨੇ ਟਾਈਮ ਤੋਂ ਖਰੀਦੀ ਹੈ ਜੀ? ਇਹ ਖਰੀਦੀ ਨਹੀਂ, ਸਾਡੀ ਜੱਦੀ ਘਰ ਹੈ। ਠੀਕ ਹੈ ਜੀ, ਪਹਿਲਾਂ ਨਹੀਂ ਸੀ ਪਤਾ? ਨਹੀਂ, ਸਾਨੂੰ ਪਤਾ ਨਹੀਂ ਸਰ। ਜੱਦੀ ਪੁਸ਼ਟੀ ਘਰ ਹੈ, ਲਾਲ ਲਕੀਰ ਦੇ ਅੰਦਰ ਸਾਡੇ ਪੜਦਾਦਿਆਂ ਦਾ ਮਕਾਨ ਬਣਾਇਆ। ਹੁਣ ਮੰਗ ਕਰ ਰਿਹਾ ਵੀ ਇਹ ਨਾਲਾ ਸਾਡੇ ਘਰ ਦੇ ਵਿੱਚ ਨਾ ਕੱਢਿਆ ਜਾਵੇ, ਇਹਦੀ ਸਾਈਡ ਬਦਲੀ ਜਾਵੇ, ਚਾਹੇ ਦਰਵਾਜ਼ੇ ਵੀ ਦੀ ਕੱਢਿਆ ਜਾਵੇ, ਨਹੀਂ ਪੰਚਾਇਤ ਘਰ ਦੇ ਬੈਕ ਸਾਈਡ ਦੀ, ਉਦੋਂ ਬਾਅਦ ਸਾਡਾ ਹੀ ਘਰ ਹੈ। ਇਹ ਜੀ ਨਾਲਾ ਬਹੁਤ 100 ਸਾਲ ਪੁਰਾਣਾ ਚੱਲਦਾ ਸੀ, ਸਾਡੇ ਬਜ਼ੁਰਗਾਂ ਤੋਂ ਹੀ ਪਹਿਲਾਂ ਚੱਲਦਾ। ਇਹ ਨਾਲੇ ਨੂੰ ਜਗਰਾਜ ਸਿੰਘ ਪੁੱਤਰ ਗੁਰਦੀਪ ਸਿੰਘ, ਜਰਨੈਲ ਸਿੰਘ ਪੁੱਤਰ ਗੁਰਦੀਪ ਸਿੰਘ ਨੇ ਰੋਕ ਲਿਆ, ਰਾਤਾਂ ਨੂੰ ਭੰਨਤਾ, ਭੰਨ ਕੇ ਤੋੜ ਕੇ ਇਹਦਾ ਪਾਣੀ ਬੰਦ ਕਰਤਾ। ਜਦੋਂ ਅਸੀਂ ਉਹਨਾਂ ਨੂੰ ਪੁੱਛਿਆ ਵੀ ਤੁਸੀਂ ਇਹ ਪਾਣੀ ਕਿਉਂ ਬੰਦ ਕੀਤਾ, ਉਹ ਕਹਿੰਦੇ ਵੀ ਇਹ ਸਾਡੀ ਮਰਜ਼ੀ, ਸਾਡੇ ਘਰ ਵਿੱਚ ਨਹੀਂ ਚੱਲਦਾ ਸੀ, ਤੁਸੀਂ ਕੀ ਲਾ ਦਿਓ, ਤੁਹਾਡੇ 'ਤੇ ਪਰਚੇ ਕਰਾ ਦਾਂਗੇ, ਕਿਰਾਏ ਵੀ ਨੇ ਉਹਨਾਂ ਨੇ ਕਈ ਬੰਦਿਆਂ ਦੇ ਕੇਸ। ਪਰ ਇਹ ਬਹੁਤ ਮਾੜੀ ਗਲਤੀ, ਉਹਦੇ ਵਾਸਤੇ ਅਸੀਂ ਉਹਨੂੰ ਪਿੰਡ ਬੇਸ 'ਤੇ ਕਿਹਾ ਤੀ ਵੀ ਤੂੰ ਭਾਈ ਇੱਕ ਪਾਸੇ ਦੀ ਕੱਢ ਲਾ, ਤੇਰਾ ਹੱਲ ਕਰ ਦਿੰਦੇ ਹਾਂ, ਪਰ ਉਹਨੇ ਕੋਈ ਸੁਣੀ ਨਾ। ਆਹ ਘਰਾਂ 'ਚ ਪਾਣੀ ਵੜਨ ਲੱਗ ਗਿਆ, ਫਿਰ ਅਸੀਂ ਸਾਰੇ ਪਿੰਡ ਨੇ ਇਕੱਠੇ ਹੋ ਕੇ ਪ੍ਰਸ਼ਾਸਨ ਅੱਗੇ ਗੁਹਾਰ ਲਾਈ ਵੀ ਇਹ ਕਿਰਪਾ ਕਰਕੇ ਇਹਨਾਂ ਦੀ ਸੁਣੀ ਜਾਵੇ ਪਾਣੀ। ਫਿਰ ਪ੍ਰਸ਼ਾਸਨ ਨੇ ਆਪਦੀ ਕਾਰਵਾਈ ਕਰਕੇ ਪਾਣੀ ਅੱਜ ਕੱਢਿਆ ਜੀ। ਬਹੁਤ ਔਖਾ ਤੀ ਜੀ, ਕਈ ਬਜ਼ੁਰਗ ਇਸ ਗਲੀ 'ਚ ਬਿਮਾਰ ਪਏ ਨੇ, ਜਾ ਕੇ ਦੇਖ ਸਕਦੇ ਹੋ ਤੁਸੀਂ ਮੌਕਾ। ਪਹਿਲਾਂ ਵੀ ਉਹਨਾਂ ਦੀ ਬਜ਼ੁਰਗਾਂ ਦੀ ਦਿਖਾਈ ਆ, ਵੀਡੀਓ ਪਾਈ ਆ, ਉਹ ਵੀ ਦੇਖਿਆ ਨੇ। ਪ੍ਰਸ਼ਾਸਨ ਆਪ ਵੀ ਜਾ ਕੇ, SDM ਮੈਡਮ ਵੀ ਜਾ ਕੇ ਆਈ ਆ, ਵੀਡੀਓ ਵੀ ਜਾ ਕੇ ਆਈ ਆ ਪਹਿਲਾਂ ਜਿਹੜੇ 'ਤੇ। ਇਹ ਤਾਂ ਜੀ ਅੱਜ 1.5 ਮਹੀਨੇ ਤੋਂ ਉੱਤੇ ਹੋ ਗਿਆ ਜੀ। ਹਾਂ ਜੀ, ਅੱਜ ਸੁੱਖ ਦਾ ਸਾਹ ਇਹਨਾਂ ਗਰੀਬ ਲੋਕਾਂ ਨੇ ਲਿਆ, ਤਾਂ ਪਰਮਾਤਮਾ ਨੇ ਇਹਨਾਂ ਦੀ ਬਾਂਹ ਫੜੀ ਆ ਜੀ, ਪ੍ਰਸ਼ਾਸਨ ਨੇ ਵੀ ਬਾਂਹ ਫੜੀ ਇਹਨਾਂ ਦੀ। ਹਾਂਜੀ, ਪ੍ਰਸ਼ਾਸਨ ਦਾ ਅਸੀਂ ਧੰਨਵਾਦ ਕਰਦੇ ਹਾਂ ਜੀ, DC ਮੈਡਮ ਦਾ, SDM ਮੈਡਮ ਦਾ, ਬਾਕੀ ਪੁਲਿਸ ਪ੍ਰਸ਼ਾਸਨ ਦਾ, ਸਾਡੀਆਂ ਕਿਸਾਨ ਜਥੇਬੰਦੀਆਂ ਦਾ। ਮੈਂ ਬੂਟਾ ਖਾਨ ਸੰਘੈਣ ਤੋਂ, BKU ਟਕਾਉਂਦਾ, ਜ਼ਿਲ੍ਹਾ ਪ੍ਰਧਾਨ। ਇਹ ਜਿਹੜੀ ਸਮੱਸਿਆ ਪਾਣੀ ਦੀ ਸਮੱਸਿਆ, ਇਹ ਘੱਟੋ ਘੱਟ 40-50 ਦਿਨ ਹੋ ਗਏ ਇਹਨਾਂ ਨੂੰ, 40-50 ਦਿਨ ਤੋਂ ਇਹ ਜਿਹੜੇ 30-35 ਘਰ ਨੇ, ਇਹ 30-35 ਘਰ ਬਿਮਾਰੀ ਦੀ ਹਾਲਤ 'ਚ ਯੂਜ ਰਹੇ ਨੇ। ਕੁਛ ਪਰਿਵਾਰ ਗਲੀਆਂ ਦੇ ਵਿੱਚ ਬਿਮਾਰ ਪਏ ਤੇ ਪ੍ਰਸ਼ਾਸਨ ਕੋਲ 40-45 ਦਿਨ ਜਾ ਕੇ ਇਹਨਾਂ ਵਿਚਾਰਿਆਂ ਨੇ ਉੱਥੇ ਬੜੇ ਧੱਕੇ ਖਾਧੇ ਨੇ। ਫਿਰ ਇਹ ਜਥੇਬੰਦੀ ਦਾ ਲੜ ਫੜਿਆ ਇਹਨਾਂ ਨੇ, ਜਥੇਬੰਦੀ ਨੇ, ਅਸੀਂ ਇਹਨਾਂ ਦੇ ਸਹਿਯੋਗ ਨਾਲ, ਇਹਨਾਂ ਦੀਆਂ ਮਾਤਾ ਭੈਣਾਂ ਬੁੜੀਆਂ ਨਾਲ ਸਾਡੇ ਨਾਲ ਗਈਆਂ ਨੇ, ਬਜ਼ੁਰਗ ਸਾਡੇ ਨਾਲ ਗਏ ਨੇ, SDM ਦਫ਼ਤਰ, DC ਦਫ਼ਤਰ, ਸਾਰੇ ਅਸੀਂ, ਸਾਨੂੰ ਪੂਰੇ 7-8 ਦਿਨ ਹੋ ਗਏ। 7-8 ਦਿਨਾਂ ਦੇ ਬਾਅਦ ਹੁਣ ਅੱਜ ਸਾਨੂੰ ਇਹ ਰਾਹਤ ਮਿਲੀ ਆ। ਅਸੀਂ ਪ੍ਰਸ਼ਾਸਨ ਦਾ ਵੀ ਧੰਨਵਾਦ ਕਰਦੇ ਹਾਂ ਕਿ ਪ੍ਰਸ਼ਾਸਨ ਨੇ ਜੋ ਇਹ ਨਾਲਾ ਖਲਾਇਆ ਗਾ, ਪਰ ਇਹ ਨਾਲਾ ਐਡੀ ਸੌਖੀ ਗੱਲ ਨਹੀਂ ਤੀ। ਇਹ 'ਚ ਪ੍ਰੈਕਟੀਕਲ ਜਿਹੜੇ ਸਿਆਸੀ ਪਾਰਟੀਆਂ ਨੇ, ਉਹਨਾਂ ਨੇ ਵੀ ਪਹਿਲਾਂ ਸਾਡੇ ਨਾਲ ਵਾਅਦੇ ਕਰੇ ਤੇ ਕਿ ਅਸੀਂ ਨਾਲਾ ਖਲਾ ਦਾਂਗੇ, ਉਹ ਸਿਆਸੀ ਪਾਰਟੀਆਂ ਨੇ ਬਾਅਦ 'ਚ ਫਿਰ ਆਪਦੇ ਹੱਥ ਵੀ ਖੜੇ ਕਰੇ ਕਿ ਸਾਡੇ ਵਾਸਤੇ ਤੋਂ ਬਾਹਰ ਆ ਕੰਮ। ਇਹ ਪਾਣੀ ਛੋਟੀ ਮੋਟੀ ਜੀ ਕੋਈ ਗੱਲ ਨਹੀਂ ਤੀ ਹੈਗੀ, ਇਹ ਵੱਡੀ ਪੱਧਰ 'ਤੇ ਪਹੁੰਚਿਆ ਹੋਇਆ ਸੀ ਕੰਮ। ਇੱਥੇ ਜੀ ਪਹਿਲਾਂ ਪਿੰਡ ਦੇ ਹੇਠ ਦੀ ਨਾਲਾ ਜਾਂਦਾ ਸੀ, ਇਹ ਪਹਿਲਾਂ ਬੀਹੀ ਹੁੰਦੀ ਸੀ, ਬੀਹੀ ਇਹਨਾਂ ਨੇ ਛੱਤ ਕੇ ਨਾਲਾ ਹੇਠ ਦੀ ਜਾਂਦਾ ਸੀ, ਬੀਹੀ ਨਾਲ ਲਾੜੀ ਇੱਧਰ ਦਾ ਪਲੱਟ ਨਾਲ ਲੈ ਕੇ, ਕਿਉਂਕਿ ਸਾਰੇ ਪਿੰਡ ਦਾ ਪਾਣੀ ਇਹ 150 ਸਾਲ ਤੋਂ ਪਹਿਲਾਂ ਦਾ ਨਿਕਲ ਰਿਹਾ ਇੱਥੋਂ ਦੀ। ਚਲੋ ਇਹਨਾਂ ਨੂੰ ਸਮਝਾਇਆ ਬੁਝਾਇਆ, ਭਾਈ ਗਰੀਬਾਂ ਦੇ 45 ਘਰ ਡੁੱਬ ਰਹੇ ਨੇ, ਲੱਖ ਲੱਖ ਪਾਣੀ ਆ ਗਿਆ ਗਲੀਆਂ 'ਚ, ਪਰ ਇਹਨਾਂ ਦੇ ਕੰਨ 'ਤੇ ਕੋਈ ਜੂ ਨਹੀਂ ਸਰਕੀ, ਕਹਿੰਦੇ ਤਾਂ ਸਾਡਾ ਤਾਂ ਅਸੀਂ ਦੱਬ ਲਿਆ। ਉਸ ਤੋਂ ਬਾਅਦ ਅਸੀਂ
ਪ੍ਰਸ਼ਾਸਨ ਕੋਲ ਵੀ ਗਏ, ਹਲਕੇ ਦੇ MLA ਕੋਲ ਵੀ ਗਏ, ਪਰ ਸਾਡੀ ਕੋਈ ਮਿਹਨਤ ਪੱਲੇ ਨਹੀਂ ਪਈ। ਹੁਣ ਅਸੀਂ ਧੰਨਵਾਦ ਕਰਦੇ ਹਾਂ ਕਿਸਾਨ ਯੂਨੀਅਨ ਦਾ, ਪੂਰੇ ਜ਼ਿਲ੍ਹੇ ਪ੍ਰਸ਼ਾਸਨ ਦਾ, ਔਰ ਸਾਡੇ ਭਾਈਚਾਰੇ ਦਾ ਵੀ, ਜਿਨ੍ਹਾਂ ਨੇ ਜੱਦੋ ਜਹਿਦ ਕਰਕੇ ਇਹ ਨਾਲੇ ਨੂੰ ਚਾਲੂ ਕਰਾਇਆ। ਸਾਡਾ ਪਿੰਡ ਬਿਮਾਰੀਆਂ ਤੋਂ ਬਚ ਜਾਊਗਾ, ਨਹੀਂ ਤਾਂ ਇੱਥੇ ਬਹੁਤ ਬੁਰਾ ਹਾਲ ਸੀ। ਹਾਂਜੀ, ਮੈਂ ਕ੍ਰਿਸ਼ਨ ਸਿੰਘ BDP ਅੰਮ੍ਰਿਤਸਰ। ਜਿਹੜਾ ਜਗਰਾਜ ਸਿੰਘ ਦੇ ਨਾ ਘਰ ਦੇ ਵਿੱਚ ਨਾਲ ਲੰਘਦੇ, 50 ਸਾਲ ਪੁਰਾਣਾ, ਮਾਨਯੋਗ DC ਸਾਹਿਬ ਦੇ ਹੁਕਮ ਦੇ ਮੁਤਾਬਕ ਡਿਊਟੀ ਮੈਜਿਸਟਰੇਟ ਲਵਾ ਕੇ ਅੱਜ ਉਹਨੂੰ ਖਲਵਾ ਰਿਹਾ। ਨਹੀਂ, ਘਰ ਦੇ ਵਿੱਚ ਤਾਂ ਇਹ ਪੁਰਾਣਾ ਲੰਘਦਾ, ਕੋਈ ਨਵਾਂ ਤਾਂ ਹੈ ਨਹੀਂ, ਕੋਈ ਜਾਂਦਾ ਪਿੰਡ ਵਿੱਚ ਉਦੋਂ ਦਾ ਹੀ ਹੈ।